86 ਮੁਫਾਦਾਂ ਦੇ ਲਈ ਵਰਤਿਆ ਜਾ ਰਿਹਾ ਬਲਦਕਾਰੀ ਸਾਥ RAM REEM ਦੀ ਰਿਹਾਈ 36 ਸੀਟਾਂ ਤੇ ਪਾਏਗੀ ਅਸਰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਿ ਵਰਤਿਆ ਜਾ ਰਿਹਾ ਬਲਦਕਾਰੀ ਸਾਥ ਹਰਿਆਣਾ ਚੋਣਾਂ ਦੌਰਾਨ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੌਦਾ ਮੁਖੀ RAM REHIM ਨੇ ਸਰਕਾਰ ਤੋਂ ਐਮਰਜੈਂਸੀ ਪ੍ਰੋਲ ਦੀ ਮੰਗ ਕੀਤੀ ਹੈ। ਰਾਮ ਰਹੀਮ ਨੇ ਜੇਲ੍ਹ ਵਿਭਾਗ ਨੂੰ ਅਰਜੀ ਦੇ ਕੇ 20 ਦਿਨਾਂ ਦੀ ਪ੍ਰੋਲ ਮੰਗੀ ਹੈ। ਇਸ ਦੌਰਾਨ ਉਸਨੇ ਉੱਤਰ ਪ੍ਰਦੇਸ਼ ਦੇ ਬਰਨਾ ਇਸ ਦੌਰਾਨ ਉਸਨੇ ਉੱਤਰ ਪ੍ਰਦੇਸ਼ ਦੇ ਬਰਨਵਾ ਆਸ਼ਰਮ ਦੇ ਵਿੱਚ ਰਹਿਣ ਦੀ ਗੱਲ ਕਹੀ ਹੈ। ਯਾਦ ਕਰਵਾ ਦਈਏ ਕਿ ਰਾਮ ਰਹੀਮ 13 ਅਗਸਤ ਨੂੰ ਹੀ 21 ਦਿਨਾਂ ਦੀ ਫਰਲੋ ਤੋਂ ਬਾਹਰ ਆਇਆ ਸੀ। ਸਭ ਜਾਣੂ ਹਨ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਜਾਬਤਾ ਲੱਗ ਹੋ ਗਿਆ ਹੈ। ਜਿਸ ਕਾਰਨ ਸਰਕਾਰ ਨੇ ਰਾਮ ਰਹੀਮ ਦੀ ਅਰਜ਼ੀ ਮੁੱਖ ਚੋਣ ਅਧਿਕਾਰੀ ਸੀਈਓ ਨੂੰ ਭੇਜੀ ਹੈ ਮੁੱਖ ਚੋਣ ਅਧਿਕਾਰੀ ਨੇ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਪਰੋਲ ਸੰਬੰਧੀ ਸਵਾਲ ਪੁੱਛੇ ਨੇ ਪੱਤਰ ਦੇ ਵਿੱਚ ਪੁੱਛਿਆ ਗਿਆ ਹੈ ਕਿ ਚੋਣਾਂ ਸਮੇਂ ਕਿਸੇ ਦੋਸ਼ੀ ਨੂੰ ਪਰੋਲ ਤੇ ਰਿਹਾ ਕਰਨਾ ਕਿੰਨਾ ਕੁ ਸਹੀ ਹੈ ਡੇਰਾਮੁਖੀ ਇਸ ਸਮੇਂ ਹਰਿਆਣਾ ਦੇ ਰੋहतक ਦੀ ਸੁਨਾਰੀਆ ਜਿਲ੍ਹੇ ਦੇ ਵਿੱਚ ਬੰਦ ਹੈ ਚੋਣ ਦੇ ਨਜ਼ਰੀਏ ਤੋਂ ਰਾਮ ਰਹੀਮ ਦਾ ਹਰਿਆਣਾ ਦੇ सिरसा ਅੰਬਾਲਾ ਕੁਰਕਸ਼ੇਤਰ ਤੇ ਹਸਾਰ ਜ਼ਿਲ੍ਹਿਆਂ ਦੇ ਵਿੱਚ ਕਾਫੀ ਦਬਦਬਾ ਹੈ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਕਰੀਬ 36 ਵਿਧਾਨ ਸਭਾ ਸੀਟਾਂ ਨੇ ਜ਼ਿਕਰ ਕਰ ਦਈਏ ਕਿ ਹਰਿਆਣਾ ਦੇ ਵਿੱਚ 5 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਪਰੋਲ ਤੇ ਬਾਬੇ ਨੂੰ ਇਸ ਕਰਕੇ ਬਾਹਰ ਕੱਢਿਆ ਜਾ ਰਿਹਾ ਕਿਉਂਕਿ 36 ਸੀਟਾਂ ਤੇ ਬਾਬੇ ਦਾ ਦਬਦਬਾ ਹੈ ਤਾਂ ਇਸ ਦਾ ਅਸਰ ਸਿੱਧਾ ਪਵੇਗਾ ਇਲੈਕਸ਼ਨ ਤੇ ਅ즈ਮਾਕੇ ਜੇਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮ ਹਾਲਾਤਾਂ ਦੇ ਵਿੱਚ ਪ੍ਰੋਲ ਮੰਗਣ ਲਈ ਕਾਰਨ ਦੱਸਣ ਦੀ ਲੋੜ ਨਹੀਂ ਹੁੰਦੀ ਐਮਰਜੈਂਸੀ ਪ੍ਰੋਲ ਦੇ ਲਈ ਸਿਰਫ ਕਾਰਨ ਦੇਣਾ ਜ਼ਰੂਰੀ ਹੈ ਰਾਮ ਰਹੀਮ ਦੀ ਸਾਲ 2024 ਚ 20 ਦਿਨਾਂ ਦੀ ਪ੍ਰੋਲ ਬਾਕੀ ਹੈ ਵੋਟਾਂ ਬੇਲੇ ਪਰੋਲ ਲੈਣ ਦੇ ਨਿਯਮ ਕੀ ਨੇ ਉਹ ਵੀ ਤੁਹਾਨੂੰ ਦੱਸ ਦੰਨੇ ਆ ਚੋਣ ਜਾਬਤੇ ਤਹਿਤ ਕਿਸੇ ਵੀ ਦੋਸ਼ੀ ਨੂੰ ਪਰੋਲ ਦੇਣ ਤੋਂ ਪਹਿਲਾਂ ਸਰਕਾਰ ਨੂੰ ਨਿਯਮਾ ਤਹਿਤ ਚੋਣ ਕਮਿਸ਼ਨ ਤੋਂ ਪੁੱਛਣਾ ਜ਼ਰੂਰੀ ਹੈ ਨਿਯਮਾ ਮੁਤਾਬਕ ਜੇ ਸਰਕਾਰ ਨੂੰ ਲੱਗਦਾ ਹੈ ਕਿ ਸਜ਼ਾ یافتਾ ਬਰਾਦੀ ਨੂੰ ਪਰੋਲ ਤੇ ਰਿਹਾ ਕਰਨਾ ਜ਼ਰੂਰੀ ਹੈ ਤਾਂ ਉਸ ਨੂੰ ਪਰੋਲ ਤੋਂ ਪਹਿਲਾਂ ਸੂਬੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਾਲ ਸਲਾਹ مشورہ ਕਰਨਾ ਜ਼ਰੂਰੀ ਹੁੰਦਾ ਪਰ ਇੱਥੇ ਖਾਸ ਗੱਲ ਇਹ ਹੈ ਸਿਰਫ ਫੋਕਸ ਇਸ ਗੱਲ ਤੇ ਕੀਤਾ ਜਾ ਰਿਹਾ ਹੈ ਕਿ ਰਾਮ ਰਹੀਮ ਦੀ ਫਰਲੋ ਚੋਣਾ ਦੇ ਵਿੱਚ ਵੱਡਾ ਅਸਰ ਪਾਏਗੀ ਹਰਿਆਣਾ ਦੇ सिरसा ਅੰਬਾਲਾ ਕੁਰਕ ਖੇਤਰ ਤੇ ਹਸਾਰ ਜ਼ਿਲ੍ਹਿਆਂ ਦੇ ਵਿੱਚ ਬਲਦਕਾਰੀ ਸਾਧਾ کافی ਦਬਦਬਾ ਹੈ ਉੱਥੇ ਉਸ ਦੇ کافی ਪੈਰੋਕਾਰ ਡੇਰਾ ਪ੍ਰੇਮੀ ਰਹਿੰਦੇ ਨੇ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਕਰੀਬ 36 ਵਿਧਾਨ ਸਭਾ ਸੀਟਾਂ ਨੇ ਜਿਸ ਕਰਕੇ ਹਰਿਆਣਾ ਦੇ ਵਿੱਚ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਇਸ ਦਾ ਸਿੱਧਾ ਅਸਰ ਬਾਬੇ ਦੇ ਨਾਲ ਹੈ ਤੇ ਲਿੰਕ ਵੀ ਬਾਬੇ ਦੇ ਨਾਲ ਹੈ ਤਾਂ 8 ਤਰੀਕ ਨੂੰ 8 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ ਕਿਆਸ ਲਗਾਏ ਜਾ ਰਹੇ ਨੇ ਕਿ ਬਾਬੇ ਨੂੰ ਇਸ ਕਰਕੇ ਪੈਰੋਲ ਦਿੱਤੀ ਜਾ ਰਹੀ ਹੈ ਬਾਹਰ ਕੱਢਿਆ ਜਾ ਰਿਹਾ ਤਾਂ ਕਿ ਇਹਨਾਂ 36 ਸੀਟਾਂ ਤੇ ਬਾਬੇ ਦਾ ਸਿਆਸੀ ਮਫਾਦ ਲਿਆ ਜਾ ਸਕੇ